ਵਾਹਿਗੁਰੂ ਜੀ ਕਾ ਖਾਲਸਾ ਤੇ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਇੰਡੀਆ, ਇੰਗਲੈਂਡ, ਕੈਨੇਡਾ, ਅਮੈਰੀਕਾ, ਆਸਟ੍ਰੇਲੀਆ, ਜਿੰਨੀਆਂ ਵੀ ਕਬੱਡੀ ਫੈਡਰੇਸ਼ਨਾਂ ਬਣੀਆਂ ਨੇ, ਜਿਹੜੇ ਉਹਨਾਂ ਨੇ ਰੂਲ ਪਾਸ ਕੀਤੇ ਆ, ਅਸੀਂ ਉਹਨਾਂ ਦੇ ਨਾਲ ਸਹਿਮਤ ਹਾਂ। ਪਰ ਕੁਛ ਰੂਲ ਸਾਡੇ ਯੂਰਪ ਵਾਲਿਆਂ ਦੇ ਵੀ ਹੈ, ਉਹ ਮੇਰਾ ਜੱਗਾ ਵੀਰ ਤੁਹਾਨੂੰ ਦੱਸੂਗਾ। ਲਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਜੀ ਅੱਜ ਬੈਲਜੀਅਮ ਦੇ ਵਿੱਚ ਜੋ ਯੂਰਪ ਫੈਡਰੇਸ਼ਨ ਦੀ ਮੀਟਿੰਗ ਹੋਈ ਆ, ਉਹਦੇ ਵਿੱਚ ਕੁਛ ਸਲਾਹ ਮਸ਼ਵਰੇ ਕੀਤੇ ਗਏ ਨੇ, ਪਲੱਸ ਜੋ ਥੋੜ੍ਹੇ ਟਾਈਮ ਤੋਂ ਆਪਣੇ ਡੋਪ ਜਾਂ ਡਰੱਗ ਟੈਸਟ ਇੰਡੀਆ ਤੋਂ ਲੈ ਕੇ ਹੁਣ ਤੱਕ ਹੋਏ ਆ, ਪਲੱਸ ਗਾਂ ਕੈਨੇਡਾ ਵਾਲਿਆਂ ਨੇ ਪਲੱਸ ਇੰਗਲੈਂਡ ਵਾਲਿਆਂ ਨੇ ਇਹ ਸੋਚਿਆ ਵੀ ਆਪਾਂ ਉਸ ਡੋਪ ਟੈਸਟ ਜਿਹੜੇ ਜਾਰੀ ਰੱਖਣੇ ਨੇ, ਉਹ ਡੋਪ ਟੈਸਟ ਉਹਨਾਂ ਨੇ ਯਾਨੀ ਕਿ ਨਾਡਾ ਟੈਸਟ ਕਰਾਉਣ ਨੂੰ ਯਾਨੀ ਕਿ ਸਾਰੀਆਂ ਕਲੱਬਾਂ ਨੂੰ ਇੱਕ ਬੇਨਤੀ ਕੀਤੀ ਆ, ਰਿਕੁਐਸਟ ਕੀਤੀ ਆ, ਉਹ ਰਿਕੁਐਸਟ ਨੂੰ ਅਸੀਂ ਮੰਨਦੇ ਹਾਂ। ਪਰ ਕੁਛ ਸਾਡੀ ਵੀ ਫੈਡਰੇਸ਼ਨ ਨੇ ਫੈਸਲੇ ਲਏ ਨੇ ਵੀ ਉਹ ਫੈਸਲੇ ਇਸ ਤਰ੍ਹਾਂ ਨੇ ਵੀ ਆਪਾਂ ਇੰਡੀਆ ਦੇ ਵਿੱਚੋਂ ਚਲੋ ਜਿੰਨੇ ਵੀ ਖਿਡਾਰੀ ਆ ਸਾਰਿਆਂ ਦੇ ਡੋਪ ਟੈਸਟ ਕਰਵਾ ਕੇ ਕੋਸ਼ਿਸ਼ ਕਰਦੇ ਹਾਂ ਵੀ ਇੱਥੇ ਲਿਆ ਕੇ ਖਿਡਾਉਣ ਦੀ ਕੋਸ਼ਿਸ਼ ਕਰਾਂਗੇ। ਪਰ ਫਿਰ ਵੀ ਫੈਡਰੇਸ਼ਨਾਂ ਨੂੰ, ਕਲੱਬਾਂ ਨੂੰ ਇਸ ਚੀਜ਼ ਦਾ ਪਤਾ ਹੀ ਆ ਤਕਰੀਬਨ ਵੀ ਨਾਡਾ ਦਾ ਟੈਸਟ ਹੋਣਾ ਬਹੁਤ ਨਾਮੁਮਕਿਨ ਵਾਲੀ ਗੱਲ ਆ, ਪਰ ਚਲੋ ਆਪਾਂ ਕੋਸ਼ਿਸ਼ ਕਰਦੇ ਹਾਂ ਵੀ ਆਪਾਂ ਕਰਾਂਗੇ ਇਹ। ਅਤੇ ਬਾਅਦ ਦੇ ਵਿੱਚ ਇਹ ਸਾਡੀ ਫੈਡਰੇਸ਼ਨ ਦਾ ਇਹ ਫੈਸਲਾ ਸੀਗਾ ਵੀ ਆਪਾਂ ਬਈ ਜੇ ਅਗਰ ਆਪਣੇ ਪਲੇਅਰ ਕੈਨੇਡਾ ਵਿੱਚ ਜਾਂ ਯੂਰਪ ਵਿੱਚ ਜਾਂ ਇੰਗਲੈਂਡ ਵਿੱਚ ਨਹੀਂ ਪਹੁੰਚਦੇ ਤਾਂ ਉਹਦਾ ਚਲੋ ਰੱਬ ਜਾਣਦਾ ਵੀ ਕਿੰਨੇ ਕੁ ਪਲੇਅਰ ਆਪਾਂ ਨੂੰ ਮਿਲਣੇ ਆ, ਕਿੰਨੇ ਕੁ ਨਹੀਂ ਮਿਲਣੇ। ਵੀ ਜੇ ਆਪਾਂ ਤਕਰੀਬਨ ਸਾਰਿਆਂ ਨੂੰ ਤਕਰੀਬਨ ਤਾਂ ਪਤਾ ਹੀ ਵੀ ਆਪਾਂ ਨੂੰ ਪਲੇਅਰ ਨਹੀਂ ਮਿਲਣੇ, ਉਸ ਦਾ ਕਾਰਨ ਇਹ ਆ ਵੀ ਕੋਈ ਵੀ ਪਲੇਅਰ, ਕਾਫੀ ਪਲੇਅਰ ਨੇ ਜਿਹੜੇ ਵੀ ਡੋਪ ਟੈਸਟ ਆਪਣਾ ਨਹੀਂ ਚੈੱਕ ਕਰਾਉਣਾ ਚਾਹੁੰਦੇ, ਹੈ ਨਾ। ਪਰ ਫਿਰ ਵੀ ਅਸੀਂ ਹੁਣ ਸਾਡੀ ਸ਼ਰਤ ਇਹ ਆ ਸਾਰਿਆਂ ਨੂੰ ਬਈ ਆਪਾਂ ਕੈਨੇਡਾ ਫੈਡਰੇਸ਼ਨ ਨੂੰ, ਇੰਗਲੈਂਡ ਫੈਡਰੇਸ਼ਨਾਂ ਨੂੰ ਬਈ ਆਪਾਂ ਇੱਥੇ ਦੇ ਹਿਸਾਬ ਨਾਲ ਆਪਣਾ ਸੀਜ਼ਨ, ਚਲੋ ਪਲੇਅਰ ਨਾ ਆਉਣ ਦੀ ਕਾਰਨ ਆਪਾਂ ਐਰਕੀ ਟੂਰਨਾਮੈਂਟ ਨਹੀਂ ਕਰਾਉਂਦੇ, ਨਹੀਂ ਹੁੰਦੇ, ਪਰ ਇਹਨਾਂ ਟੂਰਨਾਮੈਂਟਾਂ ਤੋਂ ਬਾਅਦ ਜੋ ਇੰਡੀਆ ਦੇ ਵਿੱਚ ਸੀਜ਼ਨ ਸ਼ੁਰੂ ਹੁੰਦਾ ਆ, ਉਸ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਵੀ ਜਿਹੜੇ ਵੀ ਪਲੇਅਰ ਫੈਡਰੇਸ਼ਨ ਦੇ ਵਿੱਚ ਖੇਡਣੇ ਨੇ ਜਾਂ ਆਪਾਂ ਆਪਣੇ ਪਿੰਡਾਂ ਦੇ ਵਿੱਚ ਖਿਡਾਉਣੇ ਨੇ, ਵੀ ਉਹਨਾਂ ਦੇ ਡੋਪ ਟੈਸਟਾਂ ਬਾਰੇ ਤੁਹਾਡਾ ਕੀ ਵਿਚਾਰ ਆ ਔਰ ਕੀ ਕੀਤਾ ਜਾ ਸਕਦਾ, ਵੀ ਜਾਂ ਤੁਸੀਂ ਇਹ ਸਾਡੇ ਨਾਲ ਵਾਅਦਾ ਕਰੋ ਵੀ ਉੱਥੇ ਵੀ ਕਿਸੇ ਵੀ ਪਿੰਡ ਦੇ ਵਿੱਚ ਟੂਰਨਾਮੈਂਟ ਜੇ ਅਸੀਂ ਕਰਾਉਂਦੇ ਹਾਂ ਜਾਂ ਤੁਸੀਂ ਕਰਾਉਣਾ ਜਾ ਕੇ ਤੁਹਾਡੇ ਪਿੰਡ ਟੂਰਨਾਮੈਂਟ ਹੁੰਦਾ ਜਾ ਕੇ ਜਾਂ ਕੋਈ ਵੀ ਫੈਡਰੇਸ਼ਨ ਦੇ ਨਾਲ ਤੁਸੀਂ ਟੱਚ ਆ, ਵੀ ਉਹ ਫੈਡਰੇਸ਼ਨ ਵਾਲਿਆਂ ਨੂੰ ਪੁੱਛਣ ਵੀ ਜਿਹੜਾ ਵੀ ਪਲੇਅਰ ਆਪਾਂ ਐਰਕੀ ਇੰਡੀਆ ਜਿਹੜਾ ਯਾਨੀ ਕਿ ਪਲੇਅਰ ਇੰਗਲੈਂਡ ਜਾਂ ਕੈਨੇਡਾ, ਅਮੈਰੀਕਾ, ਯੂਰਪ ਨਹੀਂ ਗਿਆ, ਉਹ ਕਿਉਂ ਨਹੀਂ ਗਿਆ, ਕਿਸ ਕਾਰਨ ਕਰਕੇ ਨਹੀਂ ਗਿਆ, ਵੀ ਉਸ ਪਲੇਅਰ ਨੂੰ ਆਪਾਂ ਉੱਥੇ ਖੇਡਣ ਦਾ ਚਾਂਸ ਦੇਣਾ ਜਾਂ ਨਹੀਂ ਦੇਣਾ। ਜੇ ਆਪਾਂ ਉਸ ਚੀਜ਼ 'ਤੇ ਜੇ ਸ਼ਿਕੰਜਾ ਹੁਣ ਕੱਸਣਾ ਹੀ ਆ ਤਾਂ ਚੰਗੀ ਤਰ੍ਹਾਂ ਕੱਸਿਆ ਜਾਵੇ, ਨਹੀਂ ਤਾਂ ਆਪਾਂ ਜੇ ਆਪਾਂ ਕਹਿੰਦੇ ਹਾਂ ਵੀ ਹੁਣ ਫਾਰਮੈਲਿਟੀਆਂ ਪੂਰੀਆਂ ਕਰਨੀਆਂ ਆ, ਉਹਦੇ ਨਾਲੋਂ ਫਿਰ ਬੈਟਰ ਆ ਆਪਾਂ ਆਪਣੇ ਆਪਣੇ ਰਾਹੀਂ ਚੱਲਦੇ ਹਾਂ। ਸਾਡੀ ਤਾਂ ਇਹੀ ਬੇਨਤੀ ਆ ਵੀ ਸਾਨੂੰ ਜਲਦੀ ਤੋਂ ਜਲਦੀ ਮੈਸੇਜ ਦੇਣਾ ਪਲੀਜ਼, ਵੀ ਤੁਸੀਂ ਕਿਹੜੇ ਤਰੀਕੇ ਨਾਲ ਚੱਲਣਾ ਆ ਆਉਣ ਵਾਲੇ ਸਮੇਂ ਦੇ ਵਿੱਚ। ਹੁਣ ਇੰਗਲੈਂਡ ਦੇ ਵਿੱਚ ਵੱਡੇ ਵੱਡੇ ਪ੍ਰਮੋਟਰ ਆ, ਕੈਨੇਡਾ ਦੇ ਵਿੱਚ ਵੱਡੇ ਵੱਡੇ ਪ੍ਰਮੋਟਰ ਆ, ਤੁਹਾਨੂੰ ਖੁਦ ਪਤਾ ਤੁਸੀਂ ਜਿੰਨਾ ਵੀ ਪੈਸਾ ਜਾ ਕੇ ਲਾਉਂਦੇ ਆ, ਜੇ ਹੁਣ ਆਪਾਂ ਇੱਥੇ ਰੋਕ ਲਾਈ ਆ ਤਾਂ ਤੁਹਾਡਾ ਫਰਜ਼ ਬਣਦਾ ਉੱਥੇ ਜਾ ਕੇ ਵੀ ਇਹ ਰੋਕ ਲਾਈ ਜਾਵੇ,
ਜਿੰਨੇ ਪੈਸੇ ਆਪਾਂ ਪਲੇਅਰਾਂ 'ਤੇ ਲਾਉਂਦੇ ਹਾਂ, ਮੇਰੇ ਹਿਸਾਬ ਨਾਲ ਨਹੀਂ ਜਿਹੜੇ ਵੀ ਪਲੇਅਰ ਅਗਲੇ ਸੀਜ਼ਨ 'ਚ ਖੇਡਣਗੇ, ਮੈਨੂੰ ਨਹੀਂ ਲੱਗਦਾ ਇਹ ਡੋਪ ਟੈਸਟ ਯਾਨੀ ਕਿ ਡਰੱਗਸ ਟੈਸਟ ਯਾਨੀ ਡਰੱਗ ਫਰੀ ਹੋਣਗੇ। ਇਸ ਕਰਕੇ ਬੇਨਤੀ ਆ, ਰਿਕੁਐਸਟ ਆ, ਸਾਡਾ ਇੱਕ ਸੁਨੇਹਾ ਵੀ ਆ ਤੁਹਾਨੂੰ, ਸਾਨੂੰ ਜਲਦੀ ਤੋਂ ਜਲਦੀ ਦੱਸਿਆ ਜਾਵੇ ਤੁਸੀਂ ਕੀ ਕਰਨਾ ਚਾਹੁੰਦੇ ਆ, ਉਸ ਹਿਸਾਬ ਨਾਲ ਵੀ ਸਾਡੀ ਫੈਡਰੇਸ਼ਨ ਫਿਰ ਆਪਣਾ ਫੈਸਲਾ ਲੈ ਕੇ ਗਾਂ ਦਾ ਜੋ ਵੀ ਸਿਸਟਮ ਆ ਉਹ ਚਾਲੂ ਕੀਤਾ ਜਾਵੇ। ਲਓ ਜੀ, ਫਿਰ ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ। ਅਤੇ ਹੁਣ ਤੁਹਾਡੀ ਗੱਲ ਕਰਾਉਂਦੇ ਹਾਂ ਸਾਡੇ ਚਰਨਜੀਤ ਭਾਅ ਜੀ ਨਾਲ। ਚਰਨਜੀਤ ਭਾਅ ਜੀ, ਦੱਸੋ ਜੀ ਤੁਹਾਡੇ ਕੀ ਵਿਚਾਰ ਹੈ? ਸਹੀ ਹੈ ਜੀ, ਸਾਰਿਆਂ ਦੇ ਨਾਲ ਹੀ ਆਗੇ ਆਪਾਂ। ਜਿਵੇਂ ਉਹਨਾਂ ਨੇ ਕਿਹਾ ਗਾ ਭਾਅ ਜੀ ਹੋਰਾਂ ਨੇ, ਇੰਗਲੈਂਡ ਵਾਲਿਆਂ ਨੇ, ਫੈਂਡਰਸਨਾਂ ਨੇ, ਸਾਰੀਆਂ ਨੇ, ਫੈਂਡਰਾਂ, ਨਿਊਜ਼ੀਲੈਂਡ ਹੋ ਗਿਆ ਜੀ, ਆਸਟ੍ਰੇਲੀਆ ਹੋ ਗਿਆ, ਆਪਾਂ ਉਹਨਾਂ ਦੇ ਨਾਲ ਆਗੇ, ਬਿਲਕੁਲ ਨਾਲ ਚੱਲਾਂਗੇ। ਪਰ ਜਿਹੜੇ ਫਿਰ ਲੋਕ ਉਦੋਂ ਮਤਲਬ ਉੱਥੇ ਜਿਹੜੀਆਂ ਫੈਂਡਰੇਸ਼ਨਾਂ ਨੇ ਇੰਡੀਆ ਦੇ ਵਿੱਚ ਜੀ, ਤੇ ਜਾਂ ਜਿਹੜੇ ਬਾਹਰਲੇ NRI ਜਾ ਕੇ ਉੱਥੇ ਚਾਰ ਚਾਰ ਪੰਜ ਪੰਜ ਲੱਖ ਰੁਪਇਆ ਲਾਉਂਦੇ ਆ ਜੀ, ਤੇ ਉਹ ਕੀ ਉੱਥੇ ਮੁੰਡਿਆਂ ਦੇ ਡਬ ਚੱਕ ਚੱਕ ਕਰਦੇ ਆ ਕਿ ਜਿਹੜੇ ਉੱਥੇ ਜਦੋਂ 5 ਲੱਖ 7 ਲੱਖ ਲਾਉਂਦੇ ਆ ਜੀ, ਕੀ ਉਹ ਜਦੋਂ ਪੈਸੇ ਦਿੰਦੇ ਆ ਉਹਨਾਂ ਨੂੰ, ਅੱਧਿਆਂ ਕੁ ਤਾਂ ਇਹ ਵੀ ਰੌਲਾ ਚੱਲਦਾ ਵੀ ਐਵੇਂ ਜੀ ਮਤਲਬ ਗੱਲਾਂ ਬਾਤਾਂ ਕਰਦੇ ਆ, ਅੱਧਿਆਂ ਨੂੰ ਮਿਲੇ ਆ, ਅੱਧਿਆਂ ਨੂੰ ਨਹੀਂ ਮਿਲੇ, ਉੱਥੇ ਦਿਖਾਉਣ ਨੂੰ ਕੁਛ ਹੋਰ ਆ, ਹਾਥੀ ਵਾਲੇ ਦੰਦਾਂ ਖਾਣ ਵਾਲੇ ਕੁਛ ਹੋਰ, ਦਿਖਾਉਣ ਵਾਲੇ ਕੁਛ ਹੋਰ। ਇੱਕ ਤਾਂ ਆਪਾਂ ਇਹਨਾਂ ਚੀਜ਼ਾਂ ਨੂੰ ਨਾ ਇੱਦਾਂ ਉਹ ਕਰੀਏ ਵੀ ਜਾਣੀ ਜੇ ਤਾਂ ਕਬੱਡੀ ਨੂੰ ਲੈ ਕੇ ਚੱਲਣਾ ਤਾਂ ਵਧੀਆ ਤਰੀਕੇ ਨਾਲ ਚੱਲੀਏ, ਹੈ ਨਾ। ਹੁਣ ਅਸੀਂ ਤਾਂ ਇੱਥੇ ਸਾਰੀ ਅੱਜ ਫੈਡਰੇਸ਼ਨ ਸਾਡੀ ਇਕੱਠੀ ਹੋਈ ਆ, ਅਸੀਂ ਆਪਣਾ ਕਰ ਲਿਆ ਸਾਰਾ, ਤੁਹਾਡੇ ਨਾਲ ਮਿਲ ਕੇ ਚੱਲਾਂਗੇ, ਡੋਪ ਵੀ ਕਰਾਵਾਂਗੇ ਮੁੰਡਿਆਂ ਦੇ, ਡੋਪ ਕਰਵਾ ਕੇ ਇੱਥੇ ਸੱਦਾਂਗੇ, ਕੋਈ ਚੱਕਰ ਨਹੀਂ ਗਾ। ਪਰ ਲੇਕਿਨ ਜਿਹੜੀਆਂ ਉੱਥੇ ਵਾਲੀ ਇੰਡੀਆ ਵਾਲੀਆਂ ਫੈਡਰੇਸ਼ਨਾਂ ਨੇਗੀਆਂ ਉਹਨਾਂ ਨੂੰ ਵੀ ਨਾਲ ਲੈ ਕੇ ਚੱਲੋ, ਜਿਹੜੇ ਮੁੰਡੇ ਇੱਕ ਤੀ ਆਪਣੇ ਕਹੇ ਤੋਂ ਡੋਪ ਕਰਾਉਣ ਨਹੀਂ ਜਾਂਦੇ ਉੱਥੇ, ਉਦੋਂ ਬਾਅਦ ਉਹ ਕਿਉਂ ਬੈਨ ਹੋਣੇ ਚਾਹੀਦੇ ਆ, ਉਹ ਸਾਰੇ ਬੈਨ ਹੋਣੇ ਚਾਹੀਦੇ ਆ। ਜਿਹੜੇ ਬੈਨ ਉਹਨਾਂ ਨੇ ਕਰਤੇ ਉਹ ਮਤਲਬ ਉਹਨਾਂ ਨੂੰ ਆਪਾਂ ਇੱਧਰ ਨਾ ਸੱਦੀਏ ਸਾਰਿਆਂ ਨੂੰ, ਅਤੇ ਨਵੇਂ ਮੁੰਡੇ ਸੱਦੀਏ, ਨਵਿਆਂ ਨੂੰ ਆਪਾਂ ਪਹਿਲ ਦੇਈਏ ਮੁੰਡਿਆਂ ਨੂੰ, ਅਤੇ ਮੇਰੀ ਤਾਂ ਇਹੀ ਬੇਨਤੀ ਆ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਹੋਰ ਦੱਸੋ ਜੀ, ਤੁਸੀਂ ਦੱਸੋ ਜੀ ਤੁਹਾਡੇ ਕੀ ਵਿਚਾਰ ਫਰਾਂਸ ਵਾਲਿਆਂ ਦੇ? ਆ ਜਾ ਲੱਖੇਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦਾਸ ਲਖਵੀਰ ਸਿੰਘ ਸਿੱਧੂ ਮਸੀਆਂ, ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕਲੱਬ ਦੇ ਪ੍ਰਧਾਨ। ਮੈਂ ਬੇਨਤੀ ਕਰਨੀ ਇਹ ਚਾਹੁੰਦਾ ਵਾਂ ਜਿੰਨੀਆਂ ਵੀ ਆਪਣੀਆਂ ਪ੍ਰੇਸ਼ਨਾਂ ਵਾਂ ਇੱਥੇ ਦੀਆਂ, ਇੰਗਲੈਂਡ ਦੀਆਂ, ਅਮੈਰੀਕਾ, ਕਨੇਡਾ, ਆਪਾਂ ਕਬੱਡੀ ਨੂੰ ਕਬੱਡੀ ਸਮਝੀਏ, ਇਹਨੂੰ ਕੋਈ ਪੋਲਟਿਕਸ ਨਾ ਲਿਆਈਏ। ਅਤੇ ਮੇਰੀ ਇਹ ਬੇਨਤੀ ਆ ਵੀ ਜਿੰਨੇ ਵੀ ਆ ਟੈਸਟ ਕਰਾ ਕੇ ਡੋਪ ਟੈਸਟ ਹੋਣ ਤਾਂ ਖਿਡਾਰੀ ਹੋਣ। ਸਾਡੀ ਫੈਡਰੇਸ਼ਨ 'ਤੇ ਇਹ ਵੀ ਫੈਸਲਾ ਕੀਤਾ ਵਾ ਇੱਥੇ ਜਿਹੜੇ ਖਿਡਾਰੀ ਆਉਣੇ ਆ ਉਹਨਾਂ ਵਾਸਤੇ ਵੱਖਰਾ ਕੈਬਨ ਹੋਊਗਾ, ਜੋ ਪਾਣੀ ਪੀਣ ਹੋਊਗਾ, ਸਾਰੀ ਕਮੇਟੀ ਜ਼ਿੰਮੇਵਾਰੀ ਹੋਊਗੀ, ਉਹਦਾ ਖਿਡਾਰੀ ਚੈੱਕ ਹੋ ਕੇ ਜਾਣਗੇ, ਅਤੇ 8 ਬੰਦੇ ਉਹ ਕੈਬਨ ਦੇ ਵਿੱਚ ਰਹਿਣਗੇ, ਉਹ ਸਿਲੈਕਟ ਕੀਤੇ ਗਏ ਆ। ਅਤੇ ਇਹੀ ਮੈਂ ਕਹਿਣਾ ਚਾਹੁੰਦਾ ਵਾਂ, ਆਪਾਂ ਕਬੱਡੀ ਨੂੰ ਬਚਾਈਏ, ਵੱਧ ਤੋਂ ਵੱਧ ਪ੍ਰਮੋਟ ਕਰੀਏ। ਥੈਂਕ ਯੂ ਮੇਰਾ ਵੀਰ। ਹਾਂਜੀ, ਤੁਸੀਂ ਦੱਸੋ ਜੀ ਤੁਹਾਡੇ ਕੀ ਵਿਚਾਰ ਹੈ? ਵਿਚਾਰ ਵੀ ਸਾਰੇ ਦੋਸਤਾਂ ਦੇ ਨਾਲ ਹੀ ਆ। ਅੱਜ ਯੂਰਪ ਦੀ ਫੈਡਰੇਸ਼ਨ ਨੇ ਬੜੀ ਸਖਤੀ ਦੇ ਨਾਲ ਫੈਸਲਾ ਲਿਆ ਵੀ ਆਪਾਂ ਬਿਨਾਂ ਡੋਪ ਤੋਂ ਚੈੱਕ ਕੀਤੇ ਤੋਂ ਬਿਨਾਂ ਕੋਈ ਖਿਡਾਰੀ ਨਹੀਂ ਸੱਦਣਾ ਨਹੀਂ। ਖੇਡ ਕੇ ਜਾਣ ਤੋਂ ਬਾਅਦ ਵੀ ਆਪਾਂ ਉਹਨਾਂ ਦੇ ਟੈਸਟ ਕਰਾਉਣੇ ਆ, ਉਸ ਤੋਂ ਬਾਅਦ ਵਿੱਚ ਪਲੇਅਰਾਂ ਨਾਲ ਗੱਲ ਕੀਤੀ ਜਾਊਗੀ ਅਸੀਂ ਤੁਹਾਨੂੰ ਕੀ ਦੇਣਾ ਕੀ ਕਰਨਾ। ਅਤੇ ਇਹ ਕਬੱਡੀ ਨੂੰ ਬਚਾਉਣ ਦਾ ਬਹੁਤ ਵਧੀਆ ਹੀਲਾ ਆ। ਅਤੇ ਜੇਕਰ ਕਨੇਡਾ ਵਾਲੇ ਜਾਂ ਅਮਰੀਕਾ ਵਾਲੇ ਜਾਂ ਇੰਗਲੈਂਡ ਵਾਲੇ ਜਿਹੜੇ ਇਹਨਾਂ ਨੇ ਫੈਸਲੇ ਲਏ ਆ ਉਹਨਾਂ ਨੂੰ ਉਹਨਾਂ ਫੈਸਲਿਆਂ ਦੇ ਉੱਤੇ ਜ਼ਰੂਰ ਪਹਿਰਾ ਦੇਣਾ ਚਾਹੀਦਾ। ਇਹ ਨਾ ਹੋਵੇ ਵੀ ਇੱਥੇ ਅਸੀਂ ਉਹਨਾਂ ਨੂੰ ਕੱਢਦੇ ਹਾਂ ਜਾਂ ਖੇਡ ਨਹੀਂ ਦਿੰਦੇ, ਉਹੀ ਖਿਡਾਰੀ ਮੁੜ ਕੇ ਜਾ ਕੇ ਫਿਰ ਇੰਡੀਆ ਵਿੱਚ ਖੇਡਦੇ ਆ। ਇਹ ਜਾਂ ਤਾਂ ਪੱਕਾ ਇਹਨਾਂ ਦਾ ਕੰਮ ਕਰੋ, ਨਹੀਂ ਤਾਂ ਫਿਰ ਇਹ ਗੱਲਾਂ ਨੂੰ ਛੱਡੋ। ਅਤੇ ਜੇ ਜਿਹੜਾ ਬੰਦਾ ਇੱਕ ਵਾਰੀ ਬੈਨ ਹੋ ਗਿਆ ਉਹ ਸਾਲ ਜਾਂ 2 ਸਾਲ ਲਈ ਜੇ ਬੈਨ ਕਰੋ ਨਹੀਂ ਖੇਲੂਗਾ। ਰਾਈਟ, ਠੀਕ ਹੈ ਖਾਲਸਾ ਸਾਹਿਬ। ਹਾਂਜੀ, ਹਾਲੈਂਡ ਤੋਂ। ਠੀਕ ਹੈ, ਇਹ ਪਿੰਕੀ ਭਾਅ ਹਾਲੈਂਡ ਤੋਂ ਆ, ਸਾਰੇ ਵੀਰ ਹਾਲੈਂਡ ਤੋਂ ਆ। ਮਿੰਟ ਬਾਅਦ ਤੁਸੀਂ ਦੋ ਜੀ ਆਪਣੇ ਵਿਚਾਰ।
ਮੇਰੇ ਵਿਚਾਰ ਵੀ ਤੁਹਾਡੇ ਨਾਲ ਨਹੀਂ ਨੇ ਸਾਰਿਆਂ ਦੇ ਜੀ, ਜਿੱਦਾਂ ਜਿੱਦਾਂ ਤੁਸੀਂ ਆਪਣੇ ਵਿਚਾਰ ਦੱਸੇ ਨੇ, ਜਿੱਦਾਂ ਅਸੀਂ ਕਹਿ ਦਿੰਦੇ ਹਾਂ ਕਿ ਮਾਂ ਖੇਡ ਕਬੱਡੀ, ਪਰ ਮੈਨੂੰ ਲੱਗਦਾ ਕਿ ਮਾਂ ਖੇਡ ਤੇ ਹੈ ਵੀ, ਪਰ ਪਿਓ ਨੇ ਬੜੀ ਮਜਬੂਰ ਕੀਤੀ ਉਹਨੂੰ। ਠੀਕ, ਅਸੀਂ ਸਾਰੇ ਪਿਓ ਹਾਂ ਕਬੱਡੀ ਦੇ, ਤੇ ਅਸੀਂ ਇਸ ਚੀਜ਼ਾਂ ਨੂੰ ਗਲਤ ਕੰਮਾਂ 'ਚ ਪਾਉਂਦੇ ਹਾਂ। ਸਾਨੂੰ ਸਾਰਿਆਂ ਨੂੰ ਇਸ ਚੀਜ਼ ਨੂੰ ਸੋਚ ਕੇ ਚੱਲਣਾ ਚਾਹੀਦਾ, ਜਿਹੜੇ ਵੀ ਅਸੀਂ ਕੋਈ ਫੈਸਲੇ ਲੈਂਦੇ ਉਹ ਸੋਲਡ ਹੋਣੇ ਚਾਹੀਦੇ ਨੇ। ਐ ਨਹੀਂ ਕਿ ਮਤਲਬ ਕਿਸੇ ਦੇ, ਜੇ ਪਿਓ ਕਿਸੇ ਪੁੱਤਰ ਨੂੰ ਜ਼ਿਆਦਾ ਪਿਆਰ ਕਰਦਾ ਤਾਂ ਉਹਨੂੰ ਕਹੇ ਯਾਰ ਤੂੰ ਖੇਡ ਲਾ ਅਤੇ ਤੂੰ ਨਹੀਂ ਖੇਡ ਸਕਦਾ। ਇਹ ਚੀਜ਼ਾਂ ਆਪਾਂ ਖਤਮ ਕਰੀਏ, ਇਹਨਾਂ ਚੀਜ਼ਾਂ ਨੂੰ ਖਤਮ ਕਰਕੇ ਇੱਕ ਚੰਗੀ ਪੱਧਰ ਦੇ ਉੱਤੇ, ਜਿੱਦਾਂ ਪਹਿਲਾਂ ਪੰਜਾਬ ਦੇ ਵਿੱਚ ਟੂਰਨਾਮੈਂਟ ਹੁੰਦੇ ਸੀ, ਜ਼ਰੂਰੀ ਨਹੀਂ ਕਿ ਤੁਸੀਂ ਲੱਖਾਂ ਰੁਪਈਏ ਖਰਚ ਕੇ ਹੀ ਕਰਨਾ। ਪਹਿਲਾਂ ਵੀ ਲੋਕ ਦੇਖਣ ਆਉਂਦੇ ਸੀ, ਜਨਤਾ ਘੱਟਦੀ ਜਾਂਦੀ ਹੈ ਯੂਰਪ ਦੇ ਟੂਰਨਾਮੈਂਟਾਂ ਦੇ ਵਿੱਚ, ਇੰਡੀਆ ਦੇ ਟੂਰਨਾਮੈਂਟਾਂ ਦੇ ਲੋਕਾਂ ਦਾ ਇੰਟਰਸਟ ਘੱਟਦਾ ਜਾਂਦਾ। ਕਬੱਡੀ ਦਾ ਇੰਟਰਸਟ ਤਾਂ ਵਧੀਆ ਬਣ ਸਕਦਾ ਜੇਕਰ ਅਸੀਂ ਵਧੀਆ ਢੰਗ ਨਾਲ ਕਬੱਡੀ ਕਰਾਉਂਦੇ ਹਾਂ। ਬਸ ਇਹੀ ਬੇਨਤੀ ਹੈ ਜੀ, ਅਤੇ ਜਿਹੜੇ ਅਮੈਰੀਕਾ ਕੈਨੇਡਾ ਨੇ ਜੋ ਵੀ ਫੈਸਲੇ ਨੇ, ਅਸੀਂ ਉਹਨਾਂ ਦੇ ਨਾਲ ਹਾਂ, ਪਰ ਆਪਣੇ ਫੈਸਲਿਆਂ ਦੇ ਉੱਤੇ ਕਾਇਮ ਰਹਿਣ, ਇਹ ਸਾਡੀ ਅਪੀਲ ਜ਼ਿਆਦਾ ਹੈ। ਲਓ ਜੀ, ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ। ਆ ਮੇਰੇ ਵੀਰ, ਸਾਡੇ ਸਾਰੇ ਜਿੰਨੇ ਵੀ ਮੈਂਬਰ ਆ ਯੂਰਪ ਦੇ ਖੜ੍ਹੇ ਨੇ, ਅਤੇ ਸਾਰਿਆਂ ਨੇ ਜਿਹੜੇ ਵਿਚਾਰ ਦਿੱਤੇ ਬਹੁਤ ਚੰਗੇ ਆ, ਪਰ ਸਾਡੀ ਹੱਥ ਬੰਨ ਕੇ ਫਿਰ ਇੱਕ ਵਾਰੀ ਇੰਡੀਆ ਵਾਲਿਆਂ ਨੂੰ, ਇੰਗਲੈਂਡ ਵਾਲਿਆਂ ਨੂੰ, ਕੈਨੇਡਾ ਵਾਲਿਆਂ ਨੂੰ, ਆਸਟ੍ਰੇਲੀਆ ਵਾਲਿਆਂ ਨੂੰ, ਸਾਰੇ ਵੀਰਾਂ ਨੂੰ ਹੱਥ ਬੰਨ ਕੇ ਬੇਨਤੀ ਆ ਕਿ ਜੇਕਰ ਇਹ ਸਟੈਪ ਚੱਕਿਆ ਤਾਂ ਇਹਦਾ ਵਧੀਆ ਰਿਜ਼ਲਟ ਆਉਣਾ ਚਾਹੀਦਾ। ਇਹ ਨਹੀਂ ਕਿ ਕੋਈ ਮੇਰਾ ਲਿਹਾਜੀ ਆ ਤਾਂ ਉਹਨੂੰ ਛੋਟ ਦੇ ਦਿਉ, ਜਾਂ ਵੀ ਇਹ ਖੇਡ ਸਕਦਾ ਉਹ ਨਹੀਂ ਖੇਡ ਸਕਦਾ। ਜਿਹੜਾ ਵੀ ਖਿਡਾਰੀ ਡ੍ਰੌਪ ਟੈਸਟ ਵਿੱਚ ਆ ਗਿਆ, ਠੀਕ ਨਹੀਂ, ਉਹ 'ਤੇ ਹਰ ਹਾਲਤ ਇੱਕ ਸਾਲ ਜਾਂ ਜਿੰਨਾ ਵੀ ਫੈਡਰੇਸ਼ਨ ਲਾਉਂਦੀ ਹੈ ਟਾਈਮ, ਉਹ 'ਤੇ ਉਹਨਾਂ ਚਿਰ ਪਾਬੰਦੀ ਲੱਗਣੀ ਚਾਹੀਦੀ ਹੈ। ਅਤੇ ਪਰ ਜਿਹੜੀਆਂ ਸ਼ਰਤਾਂ ਸਾਡੀਆਂ ਯੂਰਪ ਫੈਡਰੇਸ਼ਨ ਦੀਆਂ ਆ, ਉਹ ਵੀ ਮੰਨਣੀਆਂ ਕਿ ਇਹ ਨਹੀਂ ਵੀ ਅਗਲੇ ਸਾਲ ਤੋਂ ਫਿਰ ਉਹ ਜਿਹਨੂੰ ਮਰਜ਼ੀ ਖੇਲਣ ਦਾ ਮਤਲਬ ਮੌਕਾ ਦੇਣ ਅਤੇ ਜਾਂ ਨਾ ਦੇਣ, ਇਹ ਨਹੀਂ ਗੱਲ ਬਣਨੀ। ਕਿ ਜਾਂ ਜਿਹੜਾ ਵੀ ਖਿਡਾਰੀ ਡੋਪ ਟੈਸਟ ਹੁਣ ਨਹੀਂ ਮੰਨਦਾ ਦੇਣ ਜਾਣ ਨੂੰ, ਉਹ ਵੀ ਬੈਨ ਹੋਣਾ ਚਾਹੀਦਾ, ਠੀਕ ਨਹੀਂ। ਅਤੇ ਸਾਰਿਆਂ ਨੂੰ ਫਿਰ ਇੱਕ ਵਾਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਇੰਡੀਆ ਵਾਲਿਆਂ ਨੂੰ, ਕੈਨੇਡਾ ਵਾਲਿਆਂ ਨੂੰ ਅਸੀਂ ਇਹ ਇੱਕ ਵੀਡੀਓ ਰਾਹੀਂ ਮੈਸੇਜ ਦੇ ਰਹੇ ਹਾਂ ਕਿ ਉਹ ਛੇਤੀ ਛੇਤੀ ਜੱਗੇ ਵੀਰ ਨਾਲ ਜਾਂ ਗੱਲਬਾਤ ਕਰਨ ਕਿ ਉਹ ਇਸ ਫੈਸਲੇ ਨਾਲ ਸਹਿਮਤ ਹੈ, ਕਿ ਫਿਰ ਅਸੀਂ ਆਪਣਾ ਜੋ ਵੀ ਸਾਡਾ ਪ੍ਰੋਗਰਾਮ ਆ ਯੂਰਪ ਦਾ ਉਸ ਹਿਸਾਬ ਨਾਲ ਫਿਰ ਅਸੀਂ ਉਹਦਾ ਕਰੀਏ। ਅਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।